ਹਾਂਜੀ ਸਾਰਾ ਸਸਰੀ ਘਾਲ ਜੀ ਤੇ ਸਵਾਗਤ ਕਰਦੇ ਸੱਜਣੋ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਸੱਜਣੋ ਆਪਾਂ ਗੱਲ ਕਰਾਂਗੇ ਐਲਐਮਆਈ ਬਾਰੇ ਤੇ ਇੱਕ ਆਪਾਂ ਗੱਲ ਕਰਾਂਗੇ ਵੀ ਇਹ ਕੀ ਕੀ ਚੇਂਜਸ ਕਰਨ ਲੱਗੇ ਆ ਤੇ ਇਹਦਾ ਕੀ ਕੀ ਨਵਾਂ ਇਹਨਾਂ ਨੇ ਅਪਡੇਟ ਕੀਤਾ ਆ ਤੇ ਇੱਕ ਆਪਾਂ ਗੱਲ ਕਰਾਂਗੇ ਜਿਨ੍ਹਾਂ ਨੇ ਵਿਜ਼ਟਰ ਵੀਜ਼ੇ ਤੇ ਹਨਾ ਆਪਣਾ ਐਲਐਮਆਈ ਵਰਕ ਪਰਮਿਟ ਦੇ ਵਿੱਚ ਕਰਵਾਉਣਾ ਵਾ ਉਹਨਾਂ ਲਈ ਹੁਣ ਕਿਹੜੀ ਐਲਐਮਆਈ ਬੈਸਟ ਰਹੂਗੀ ਉਹਨਾਂ ਲਈ ਇਹ ਅੱਜ ਦਾ ਆਪਣਾ ਟੌਪਿਕ ਹੋਊਗਾ ਜੇਕਰ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਆਜੋ ਹੁਣ ਵੀਡੀਓ ਦੀ ਕਰਦੇ ਹਾਂ ਸ਼ੁਰ ਪਹਿਲਾ ਚੇਂਜ ਸੱਜਣੋ ਇਹ ਇਹ ਕਰਨ ਲੱਗੇ ਆ ਜਦੋਂ ਕਿਸੇ ਨੇ ਇੱਥੇ ਆਪਣਾ ਬਿਜ਼ਨਸ ਕੋਈ ਰਨ ਕਰੰਡਿਆ ਜਦੋਂ ਕਿਸੇ ਦੀ ਕੋਈ ਕੰਪਨੀ ਆ ਕੋਈ ਪੇਂਟ ਦੀ ਕੰਪਨੀ ਆ ਕੋਈ ਕਿਸੇ ਦਾ ਰੈਸਟੋਰੈਂਟ ਆ ਉਹਨਾਂ ਨੂੰ ਖੋਲੇਨ ਖੁੱਲੇ ਹੋਏ ਨੂੰ ਤਿੰਨ ਤੋਂ 4 ਸਾਲ ਹੋ ਗਏ ਇੱਕ ਵਧੀਆ ਹਿਸਟਰੀ ਕ੍ਰੀਏਟ ਕੀਤੀ ਹੋਈ ਉਹਨਾਂ ਨੇ ਜਾਨੀ ਕਿ ਆਪਣੇ ਵਰਕਰਸ ਨੂੰ ਵਧੀਆ ਭੇਦ ਦਿੰਦੇ ਆ ਓਵਰਟਾਈਮ ਪੇ ਕਰਦੇ ਆ ਉਹਨਾਂ ਦੀਆਂ ਹੀ ਐਲਐਮਈ ਪ੍ਰੂਫ ਹੋਣਗੀਆਂ ਜਣੇ ਖਣੇ ਦੀ ਪ੍ਰੂਫ ਨਹੀਂ ਹੋਊਗੀ ਸੋ ਪਹਿਲਾ ਚੇਂਜ ਇਹ ਇਹ ਕਰਨ ਲੱਗੇ ਆ ਸੋ ਪਹਿਲਾਂ ਕੀ ਹੁੰਦਾ ਸੀ ਜਿੱਦਾਂ ਕਿਸੇ ਦਾ ਨਵਾਂ ਬਿਜ਼ਨਸ ਹੁੰਦਾ ਸੀ ਉਹ ਕੀ ਆ ਉਹ ਐਲਐਮਈ ਅਪਲਾਈ ਕਰ ਦਿੰਦਾ ਸੀ ਤੇ ਉਹ ਪ੍ਰੂਵ ਹੋ ਜਾਂਦੀ ਹੁੰਦੀ ਸੀ ਸੋ ਪਹਿਲਾਂ ਇਹ ਚੇਂਜਸ ਕਰ ਲੈ ਇਹ ਦੂਸਰਾ ਚੇਂਜਸ ਸਜਣੋ ਜਿਹੜਾ ਇਹ ਇਹ ਕਰਨ ਲੱਗੇ ਆ ਜਿੱਦਾਂ ਅੱਗੇ ਇਹਦੀ ਜਿਹੜੀ ਐਲਐਮਈ ਦੀ ਫੀਸ ਸੀਗੀ ਉਹ 1000 ਤੋਂ 1200 ਡਾਲਰ ਦੇ ਵਿੱਚ ਸੀਗੀ ਹੁਣ ਇਹ ਇਹਦੇ ਵਿੱਚ ਵੀ ਵਾਧਾ ਕੀਤਾ ਜਾਣਾ ਵਾ ਸੋ ਇਹਨਾਂ ਨੂੰ ਤਾਂ 1000 1200 ਦੀ ਮਿਲਦੀ ਗਿਆ ਤੇ ਆਪਾਂ ਨੂੰ ਵੀ 20 25000 ਜੀ ਦਿੰਦੇ ਆ ਸੋ ਉਹਨਾਂ ਦੀ ੈਂਪਲੋਇਰ ਦੀ ਵੀ ਫੀਸ ਦੇ ਵਿੱਚ ਹੁਣ ਵਾਧਾ ਕੀਤਾ ਜਾ ਹਾਂਜੀ ਸੋ ਸਜਣੋ ਤੀਸਰਾ ਜਿਹੜਾ ਚੇਂਜਸ ਕੀਤਾ ਜਾਣਾ ਆ ਉਹ ਇਹ ਆ ਜਿੱਦਾਂ ਹੁਣ ਮੰਨ ਲਓ ਕੋਈ EMPLOYER ਆ ਹਨਾ EMPLOYER ਕੀ ਕਰਦੇ ਹੁੰਦੇ ਸੀ ਘੱਟ ਪੇ ਰੇਟ ਤੇ ਆਪਣੀ LMI ਪ੍ਰੂਵ ਕਰਾ ਲੈਂਦੇ ਸੀ ਜਿੱਦਾਂ ਹੁਣ ਮੰਨ ਲਓ ਮੇਰੀ ਪੇਂਟ ਦੀ ਕੰਪਨੀ ਹਨਾ ਮੇਰੇ ਤੋਂ ਕੋਈ ਬੰਦਾ ਆਇਆ LMI ਲੈਣ ਤੇ ਮੈਂ ਉਹਨੂੰ 10 ਤੋਂ 12 ਡਾਲਰ ਦੇ ਵਿੱਚ ਹੀ LMI ਪ੍ਰੂਵ ਕਰਾ ਲੈਂਦਾ ਹੁੰਦਾ ਸੀ ਹੁਣ ਇਹ ਇਦਾਂ ਨਹੀਂ ਕਿ ਜਿੱਦਾਂ ਪ੍ਰੋਵਿੰਸ ਦੇ ਵਿੱਚ ਜੇਕਰ ਪੇਂਟਰ ਦੀ ਹਨਾ ਪੇ ਰੇਟ 24 ਆ 25 ਆ ਤੇ ਜੇ ਮੈਂ 24 25 ਤੇ ਅਪਲਾਈ ਕਰੂੰਗਾ ਫਿਰ ਹੀ ਮੇਰੀ ਐਲਐਮਆਈ ਪ੍ਰੂਫ ਹੋਊਗੀ ਅਦਰਵਾਈਜ਼ ਨਹੀਂ ਹੋਊਗੀ ਸੋ ਤੀਸਰਾ ਸੱਜਣੋ ਇਹ ਅਪਡੇਟ ਆ ਜਿਹੜਾ ਕਿ ਬਹੁਤ ਵਧੀਆ ਅਪਡੇਟ ਇਹਨਾਂ ਨੇ ਕੱਢਿਆ ਵਾ ਚੌਥਾ ਜਿਹੜਾ ਸੱਜਣੋ ਇਹ ਚੇਂਜਸ ਇਹ ਇਹ ਕਰਨ ਲੱਗੇ ਆ ਹੁਣ ਜਿਹੜੇ ੈਂਪਲੋਇਰ ਆ ਉਹਨਾਂ ਤੇ ਨਜ਼ਰ ਰੱਖੀ ਜਾਊਗੀ ਉਹਨਾਂ ਦੀ ਇੰਟਰਵਿਊ ਵੀ ਆ ਸਕਦੀ ਹੈ ਨਾ ਐਲਐਮਆਈ ਦੇਣ ਲੱਗੇ ਸੋ ਇਹ ਅਪਡੇਟ ਆ ਤੇ ਇਹਦਾ ਜਿਹੜਾ ਕਾਰਨ ਆ ਇਹਦਾ ਕਾਰਨ ਇਹ ਆ ਜਿਹੜੇ ਹੁਣ ੈਂਪਲੋਇਰ ਹੁੰਦੇ ਸੀ ਉਹ ਆਪਣੇ ੈਂਪਲੋਈ ਨੂੰ ਨਾ ਕੰਮ ਮਤਲਬ ਐਲਐਮਆਈ ਤਾਂ ਦੇ ਦਿੰਦੇ ਸੀ ਜਾਂ ਤਾਂ ਉਹਨਾਂ ਦਾ ਬਿਹੇਵੀਅਰ ਨਹੀਂ ਵਧੀਆ ਕਰਦੇ ਸੀ ਜਾਂ ਉਹਨਾਂ ਨੂੰ ਘੰਟੇ ਨਹੀਂ ਸੀ ਵਧੀਆ ਦਿੰਦੇ ਤੇ ਜਾਂ ਹੱਦੋਂ ਵੱਧ ਕੰਮ ਲਿਆ ਜਾਂਦਾ ਸੀ ਤੇ ਜਿਹੜਾ ਕਰਕੇ ਜਿਹੜਾ EMPLOYEES ਸੀਗਾ ਉਹ ਕੰਪਲੀਟ ਕਰਦਾ ਸੀ ਤੇ ਉਹਨੂੰ ਓਪਨ ਵਰਕ ਪਰ ਅਲੋਟ ਮਿਲ ਜਾਂਦਾ ਸੀ ਨਾ ਸੋ ਇਸ ਚੀਜ਼ ਦਾ ਕਰਕੇ ਇਹ ਇਹ ਚੇਂਜਸ ਕਰਨ ਲੱਗੇ ਆ ਸੋ ਇਹ ਵੀ ਬਹੁਤ ਵਧੀਆ ਹੈ ਨਾ ਅਪਡੇਟ ਹੈ ਇਹਨਾਂ ਦਾ ਪੰਜਵਾਂ ਸਭ ਤੋਂ ਚੇਂਜਸ ਆ ਉਹ ਇਹ ਆ ਜਿੱਦਾਂ ਹੁਣ ਗਵਰਨਮੈਂਟ ਹੈ ਨਾ ਉਹ ਜਿਹੜੀ ਆ 20% ਲਾਉਣ ਲੱਗੀ ਆ ਕੈਂਪ ਜਿੱਦਾਂ ਹੁਣ ਮੰਨ ਲਓ ਕੋਈ EMPLOYER ਆ ਹਨਾ ਯਾਨੀ ਕਿ ਕੋਈ ਬੋਸ ਆ ਮੇਰੇ ਕੋਲ ਹੁਣ ਮੈਂ ਬੋਸ ਆ ਮੇਰੇ ਕੋਲ 20 ਬੰਦੇ ਕੰਮ ਕਰਦੇ ਤੇ ਮੈਂ ਸਿਰਫ 4 ਨੂੰ ਹੀ LIME ਦੇ ਸਕਦਾ 20% ਦਾ ਕੈਪ ਲੱਗਣ ਲੱਗਾ ਸੋ ਇੱਕ ਇਹਨਾਂ ਦਾ ਅਪਡੇਟ ਆ ਸੋ ਹਾਂਜੀ ਸੱਜਣੋ ਹੁਣ ਆਪਾਂ ਗੱਲ ਕਰਦੇ ਆ ਆਪਣੇ ਮੇਨ ਮੁੱਦੇ ਦੀ ਯਾਨੀ ਕਿ ਜਿਹੜੇ ਵਿਸਟਰ ਵੀਜ਼ਾ ਤੇ ਇਥੇ ਕੈਨੇਡਾ ਦੇ ਵਿੱਚ ਆਏ ਆ ਤੇ ਉਹ LIME ਹਨਾ ਲੈਣ ਦਾ ਪਲਾਨ ਕਰ ਰਹੇ ਆ ਸੋ ਪਹਿਲਾਂ ਸੱਜਣੋ ਤੁਸੀਂ LIME ਲੈਣ ਲੱਗੇ ਇਹ ਜ਼ਰੂਰ ਧਿਆਨ ਰੱਖਣਾ ਵੀ ਜਿਹੜਾ ਤੁਹਾਡਾ employer ਆ ਉਹਦੇ ਕੋਲ ਕੰਮ ਜਿਹੜਾ ਆ ਉਹ ਘੱਟੋ ਘੱਟ 3-4 ਸਾਲ ਪੁਰਾਣਾ ਹੋਵੇ ਹਨਾ ਉਹਦੇ ਕੋਲ ਵਧੀਆ ਹਿਸਟਰੀ ਹੋਵੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਇਹ ਤੁਸੀਂ ਆਪਦੇ ਏਜੰਟ ਨਾਲ ਗੱਲ ਕਰ ਸਕਦੇ ਜਿਹਦੇ ਕੋਲ ਤੁਸੀਂ ਲੈਣ ਲੱਗੇ ਆ ਪਰ ਹਾਂ ਏਜੰਟ ਝੂਠ ਬੋਲ ਦਿੰਦੇ ਹੁੰਦੇ ਕਿਉਂਕਿ ਉਹਨਾਂ ਨੇ ਐਲਐਮੀ ਵੇਚਣੀ ਹੁੰਦੀ ਹੈ ਸੋ ਇਹ ਤੁਸੀਂ ਵੀ ਥੋੜੀ ਬੜੀ ਸਰਚ ਜ਼ਰੂਰ ਕਰਿਓ ਸੋ ਦੂਜੀ ਚੀਜ਼ ਦਾ ਤੁਹਾਨੂੰ ਧਿਆਨ ਰੱਖਣ ਦੀ ਇਹ ਲੋੜ ਆ ਹਮੇਸ਼ਾ ਸਮਾਲ ਟਾਊਨ ਦੇ ਵਿੱਚ ਬਹੁਤ ਲੋੜ ਆ ਮਤਲਬ ਹਨਾ ਹੱਲੇ ਵੀ ਬਹੁਤ ਐਲਐਮੀਆਂ ਦੀ ਲੋੜ ਆ ਬਹੁਤ ਵਰਕਰਾਂ ਦੀ ਲੋੜ ਆ ਇੱਥੇ ਸਮਾਲ ਟਾਊਨਾਂ ਦੇ ਵਿੱਚ ਇਦਾਂ ਸਾਰੇ ਵੱਡੇ ਸ਼ਹਿਰ ਆ ਹਨਾ ਵੈਨਕੂਵਰ ਹੋ ਗਿਆ ਟ੍ਰਾਂਟੋ ਇਹ ਸ਼ਹਿਰ ਹੁਣ ਤੁਹਾਨੂੰ ਛੱਡਣੇ ਹੀ ਪੈਣੇ ਆ ਹਨਾ ਸੋ ਹੁਣ ਮੈਂ ਆਪਾਂ ਕੁਝ ਕੁ ਜੌਬਾਂ ਦੀ ਵੀ ਗੱਲ ਕਰਾਂਗੇ ਜਿੱਦਾਂ ਹੁਣ ਲਾ ਲੋ ਡਰਾਈਵਾਲ ਇੰਸਟਾਲਰ ਹੋ ਗਿਆ ਹੋਮ ਚਾਈਲਡ ਕੇਅਰ ਵਰਕਰ ਹੋ ਗਿਆ ਪੀਐਸਡਬਲਯੂ ਵਾਲੇ ਹੋ ਗਏ ਹਨਾ ਇਦਾਂ ਦੇ ਕਾਫੀ ਹੱਲੇ ਵੀ ਕੈਨੇਡਾ ਨੂੰ ਬਹੁਤ ਲੋੜ ਆ ਸਮਾਲ ਟਾਊਨਾਂ ਦੇ ਵਿੱਚ ਲਾਈਨ ਕੁੱਕ ਹੋ ਗਿਆ ਮਤਲਬ ਹੋਰ ਵੀ ਕੰਸਟਰਕਸ਼ਨ ਦੇ ਵਿੱਚ ਪੇਂਟਰ ਹੋ ਗਿਆ ਮਤਲਬ ਕਾਫੀ ਯਾਨੀ ਕਿ ਲਾ ਲੋ ਤੁਸੀਂ ਪਤਾ ਕਰ ਸਕਦੇ ਹੋ ਸਾਰਾ ਕੁਝ ਆਉਂਦਾ ਆ ਹਨਾ ਸੋ ਇਦਾਂ ਦੀਆਂ ਤੁਸੀਂ ਐਲਾਈਮੀਆਂ ਲੈ ਸਕਦੇ ਆ ਵੀ ਜ਼ਰੂਰੀ ਨਿਗਾ ਜਿਹੜੀ ਹੁਣ ਆਪਣੇ ਕੀ ਇੱਥੇ ਆਦਤ ਪਈ ਹੋਈ ਆ ਬਸ ਆਪਾਂ ਨਾ ਇੱਥੇ ਪਹੁੰਚਣ ਤੱਕ ਕਿਸਮਤ ਐ ਵੀ ਬਸ ਅਸੀਂ ਕੈਨੇਡਾ ਆ ਗਏ ਆ ਇੱਥੇ ਵਰਕ ਪਰਮਿਟ ਲੈਣਾ ਨਾ ਪਰ ਕੱਲ ਦਾ ਸਾਨੂੰ ਕੁਝ ਨਹੀਂ ਪਤਾ ਅਸੀਂ ਕਿੱਦਾਂ ਪੀਆਰ ਲੈਣੀ ਆ ਕਿੱਦਾਂ ਅਸੀਂ ਅੱਗੇ ਨਾ ਇੱਥੇ ਗਰੋ ਕਰਨਾ ਹੁਣ ਤੁਸੀਂ ਹਰ ਵਾਰੀ ਥੋੜਾ ਐਲਾਈਮੀ ਲੈ ਲਓਗੇ ਅੱਜ ਲੈ ਲਈ ਇੱਕ ਤੁਸੀਂ ਹੋਰ ਚੀਜ਼ ਨੋਟ ਕੀਤੀ ਹੋਣੀ ਆ ਜਦੋਂ ਹੁਣ ਐਲਾਈਮੀ ਜਿਹੜੇ ਵੇਚਣ ਵਾਲੇ ਆ ਉਹ ਪੰਜਾਬੀ ਆ ਹਨਾ ਬੀ ਐਲ ਐਮ ਆਈ ਮੋਸਟਲੀ ਆਪਾਂ ਪੰਜਾਬੀ ਕੋਲ ਨੇ ਹਨਾ ਹੋਰ ਕੋਈ ਗੋਰਾ ਗਾਰਾ ਮੈਂ ਤਾਂ ਨਹੀਂ ਕਿਸੇ ਤੋਂ ਦੇਖਿਆ ਨਾ ਐਲ ਐਮ ਆਈ ਮੈਂ ਤਾਂ ਪੰਜਾਬੀਆਂ ਦੀ ਦੇਖੀ ਆ ਸੋ ਉਹਨਾਂ ਕੀ ਆਪਾਂ ਨੂੰ ਪਤਾ ਪੰਜਾਬੀ ਕੀ ਕਰਦੇ ਆ ਤੇ ਉਹਨਾਂ ਨੂੰ ਇਹ ਹੁੰਦਾ ਵੀ ਹੁਣ ਇਹ ਬੰਦੇ ਨੂੰ ਮੈਂ ਐਲ ਐਮ ਆਈ ਦਿੰਦੀ ਆ ਇਹ ਬੰਦਾ ਘੱਟੋ ਘੱਟ ਮੇ ਤੋਂ 3 ਸਾਲ ਫਸਿਆ ਰਵੇ ਉਹਨੇ ਤੁਹਾਨੂੰ ਪਹਿਲਾਂ ਤਾਂ ਹੈਲਪਰ ਦੀ ਦੇਣੀ ਆ ਵੀ ਸਾਡੇ ਕੋਲ ਹੈਲਪਰ ਹੀ ਰਵੇ ਪੀ ਆਰ ਵਾਲੀ ਉਹ ਦੂਜੀ ਦੂਜੇ ਐਲ ਐਮ ਆਈ ਦਊਗਾ ਯਾਨੀ ਕਿ ਦੂਜੀ ਵਾਰੀ ਪਹਿਲਾਂ ਉਹਨੇ ਸਾਲ ਦੀ ਤੁਹਾਨੂੰ ਹੈਲਪਰ ਦੀ ਦੇਣੀ ਵੀ ਸਾਡੇ ਟੰਗੇ ਹੀ ਰਵੇ ਸੋ ਹਣਾ ਇਹ ਸਰਚ ਸੁਰਚ ਕਰਕੇ ਸਾਰੀ ਆਪਦੇ ਏਜੰਟਾਂ ਨਾਲ ਸਲਾਹ ਕਰਕੇ ਹੀ ਐਲਐਮਆਫ ਦੀ ਹਣਾ ਲਿਓ ਸੋ ਅੱਜ ਦੀ ਵੀਡੀਓ ਦੇ ਵਿੱਚ ਸੱਜਣੋਂ ਇੰਨਾ ਹੀ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਓ ਤੁਹਾਨੂੰ